ਨਮਸਕਾਰ ਖਬਰਾਂ ਦੇ ਇਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੌਣਵੀਆਂ ਖਬਰਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਸਿਖਰਾਂ ਤੇ ਪ੍ਰਧਾਨ ਮੰਤਰੀ ਅੱਜ ਅਬੋਹਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੁਨਾ ਰਾਜੂਵਲ ਨੂੰ ਰਿਟਰਨਿੰਗ ਅਫਸਰ ਨਾਲ ਜਾਇਜ਼ਾ ਮੀਟਿੰਗ ਖਜ਼ਾਨਾ ਮੰਤਰੀ ਸਿ타ਰਾਮਨ ਵੱਲੋਂ G20 ਦੇ ਮੁਲਕਾਂ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ਵਿੱਚ ਸ਼ਿਰਕਤ ਤੇ ਦੇਸ਼ ਭਾਰ ਵਿੱਚ ਹੁਣ ਤੱਕ 174 ਕਰੋੜ 24 ਲੱਖ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾਏ ਗਏ ਨੇ ਤੇ ਹੁਣ ਖਬਰਾਂ ਵਿਸਾਦ ਨਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ ਸੂਬੇ ਵਿੱਚ ਖੁੱਲੇ ਚੋਣ ਪ੍ਰਚਾਰ ਦਾ ਪਲਕੇ ਆਖਰੀ ਦਿਨ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਵੱਲੋਂ ਆਪੋ ਆਪਣੀ ਪਾਰਟੀ ਦੇ ਹੱਕ ਵਿੱਚ ਤੂਫਾਨੀ ਦੌਰੇ ਕੀਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਬੋਹਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕਈ ਪਹਿਲ ਕਦਮੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ مالی ਸਹਾਇਤਾ ਟਰਾਂਸਫਰ ਕਰਨ ਦੀ ਪਹਿਲ ਵੀ ਕੇਂਦਰ ਸਰਕਾਰ ਨੇ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਅਮਲ ਵਿੱਚ ਲਿਆਂਦਾ ਹੈ ਪੰਜਾਬ ਦੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਨਤੀ ਖੇਤਰ ਵਿੱਚ ਵੀ ਪੰਜਾਬ ਕੋਲ ಅಪਾਰ ਸੰਭਾਵਨਾਵਾਂ ਨੇ ਪਰ ਗਲਤ ਨੀਤੀਆਂ ਦੇ ਚੱਲਦਿਆਂ ਸੂਬੇ ਵਿੱਚੋਂ ਸਨਤੀ ਇਕਾਈਆਂ ਬਾਹਰ ਜਾ ਰਹੀਆਂ ਨੇ ਉਹਨਾਂ मौजूदा स्थिति लाग्रस दलत नीतियां न जिम्मेवार ठहराया उन्होंने कहा कि पंजाब नवे विजन वाली नवी सरकार चाहती है पंजाब के क्षेत्र ने देश को यह दिखाया था कि खेती भी खुशहाली का जरिया बन सकती है लेकिन आज स्थितियां बदल रही है यहां की मिट्टी की उपजाऊ क्षमता घट रही है मिट्टी में केमिकल्स बढ़ गए हैं भाइयों और बहनों इतिहास गवाह है कांग्रेस ने किसानों को हमेशा धोखा दिया है स्वामीनाथन कमीशन की सिफारिशों को लागू करने की मांग सालों से देश में थी ये फाइल पर बैठ गए थे लेकिन कांग्रेस सरकारें झूठ पर झूठी बोलती रही केंद्र में हमारी सरकार बनी तो हमने उन सिफारसों को लागू करने का काम करके दिखाया भाइयों बहनों ਰਾਜਨਾਥ ਸਿੰਘ ਅੰਮ੍ਰਿਤਸਰ ਨੰਗਲ ਤੇ ਮੋਗਾ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਜਦਕਿ ਪਿਊਸ਼ ਕੋਹਲ ਮੰਡੀ ਗੋਬਿੰਦਗੜ੍ਹ ਤੇ ਸਾਨੇਵਾਲ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅਨੁਰਾਗ ਠਾਕੁਰ ਜਲੰਧਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਅੱਜ ਲੁਧਿਆਣਾ ਤੇ ਪਠਾਨਕੋਟ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਰਾਹੁਲ ਗਾਂਧੀ ਮੋਗਾ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਆਮ ਆਦਮੀ ਪਾਰਟੀ ਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂ ਵੀ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਕਰ ਰਹੇ ਨੇ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਸੂਬੇ ਦੇ ਰਿਟਰਨਿੰਗ ਅਫਸਰਾਂ ਨਾਲ ਇੱਕ ਰਿਵਿਊ ਮੀਟਿੰਗ ਕੀਤੀ। ਮੁੱਖ ਚੋਣ ਅਫਸਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਡਾਕਟਰ ਐਸ ਕਰਨਾ ਰਾਜੂ ਨੇ ਰਿਟਰਨਿੰਗ ਅਫਸਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰੇਕ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਮਾਸਕ, ਦਸਤਾਨੇ, ਪੀਪੀਈ, ਸਾਬਣ, थर्मामीटर, ਸੈਨੇਟਾਈਜ਼ਰ ਆਦਿ ਜਿਹੀ ਸਮੁੱਚੀ ਸਮਗਰੀ ਉਪਲਬਧ ਕਰਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਪੋਲਿੰਗ ਬੂਥਾਂ ਤੇ ਵੈਬ ਕੈਮਰਿਆਂ ਦੇ ਸੂਚਾਰੂ ਢੰਗ ਨਾਲ ਕੰਮ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਮੁੱਖ ਚੋਣ ਅਧਿਕਾਰੀ ਨੂੰ ਰਿਟਰਨਿੰਗ ਅਫਸਰ ਨੂੰ ਪੋਲਿੰਗ ਸਟੇਸ਼ਨ ਤੇ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਵੋਟਰਾਂ ਦੇਖੇ ਸਵਾਗਤ ਕੀਤਾ ਜਾਵੇ ਮੁੱਖ ਚੋਣ ਅਧਿਕਾਰੀ ਨੇ ਰਿਟਰਨਿੰਗ ਅਫਸਰਾਂ ਨੂੰ ਪੋਲਿੰਗ ਬੂਥਾਂ ਤੇ ਦਿਵਿਆਂਗ ਅਤੇ ਬਜ਼ੁਰਗਾਂ ਦੀ ਸਹੂਲਤ ਲਈ 5 ਤੋਂ 10 ਵਲੰਟੀਅਰ ਉਪਲਬਧ ਕਰਾਉਣ ਲਈ ਵੀ ਕਿਹਾ ਇਸ ਤੋਂ ਇਲਾਵਾ ਸਾਰੇ ਪੋਲਿੰਗ ਬੂਥਾਂ ਤੇ 셀ਫੀ ਪੁਆਇੰਟ ਤੇ ਮਸਕਰ ਸ਼ੇਰਾ ਲਗਾਉਣ ਲਈ ਵੀ ਆਖਿਆ ਗਿਆ ਉਹਨਾਂ ਪੋਲ ਪਾਰਟੀਆਂ ਦੀ ਵੰਡ ਤੇ ਈਵੀਐਮ ਮਸ਼ੀਨਾਂ ਨੂੰ ਇਕੱਠਾ ਕਰਨ ਸਮੇਂ ਲੋਕਾਂ ਨੂੰ ਸੰਬੋਧਨ ਕਰਨ ਲਈ ਚੰਗੀ ਕਿਸਮ ਦੇ ਮਾਈਕ ਸਪੀਕਰ ਆਦਿ ਇਸਤੇਮਾਲ ਕਰਨ ਦੀ ਵੀ ਹਦਾਇਤ ਕੀਤੀ ਬਿਆਨ ਮੁਤਾਬਕ ਮਹਿਲਾ ਸਟਾਫ ਨੂੰ ਪੂਰੀ ਤਰ੍ਹਾਂ ਨਾਲ ਨਿਰਵਿਘਨ ਤੇ ਸੁਖਾਵਾਂ ਮਾਹੌਲ ਉਪਲਬਧ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਡਾਕਟਰ ਐਸ ਕਰਨਾ ਰਾਜੂ ਨੇ ਅਧਿਕਾਰੀਆਂ ਨੂੰ ਚੋਣਾਂ ਵਾਲੇ ਦਿਨ ਦੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਤੇ ਵੀਡੀਓ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਭੇਜਣ ਲਈ ਕਿਹਾ ਉਹਨਾਂ ਇਹ ਵੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ EVM ਮਸ਼ੀਨਾਂ ਲਿਜਾਣ ਵਾਲੇ ਸਾਰੇ ਵਾਹਨ GPS ਨਾਲ ਲੈਸ ਹੋਣ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਕੱਲ੍ਹ ਸੂਬੇ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਆਖਰੀ 72 ਘੰਟਿਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਐਸਓਪੀ ਜਾਰੀ ਕੀਤੀ ਗਈ ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੋਨਾ ਰਾਜੂ ਨੇ ਸਾਰੇ ਜ਼ਿਲ੍ਹਿਆਂ ਦੇ ਚੋਣ ਅਫਸਰਾਂ ਕਮ ਡਿਪਟੀ ਕਮਿਸ਼ਨਰਾਂ ਨੂੰ ਪੋਲਿੰਗ ਅਮਲੇ ਦੀ ਤੀਜੀ ਰੈਂਡਮਾਈਜੇਸ਼ਨ ਪੋਲਿੰਗ ਪਾਰਟੀ ਬਨਾਂ ਨਾਲ ਸੰਬੰਧੀ ਸਰਟੀਫਿਕੇਟ ਪੋਲਿੰਗ ਪਾਰਟੀਆਂ ਲਈ ਰਿਹائش ਤੇ ਭੋਜਨ ਦਾ ਪ੍ਰਬੰਧ ਮਾਈਕਰੋ ਅਬਜ਼ਰਵਰਾਂ ਦੀ ਤਾਇਨਾਤੀ ਵੀਡੀਓ ਕੈਮਰੇ ਸਟਿਲ ਕੈਮਰੇ ਪੋਲਿੰਗ ਸਟੇਸ਼ਨਾਂ ਤੇ ਵੈਬ ਕਾਸਟਿੰਗ ਆਦ ਲਈ ਲੋੜੀਂਦੇ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਐਸਓਪੀ ਮੁਤਾਬਕ ਚੋਣ ਅਮਲੇ ਸੈਕਟਰ ਅਫਸਰਾਂ ਈਵੀ ਪ੍ਰਬੰਧਨ ਨੂੰ ਸਿਖਲਾਈ ਦੇਣ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਚੋਣ ਖਰਚਾ ਨਿਗਰਾਨ ਟੀਮਾਂ ਨੂੰ ਕੰਟਰੋਲ ਰੂਮ ਨਾਲ ਮਜ਼ਬੂਤ ਤਾਲਮੇਲ ਰੱਖਣ ਲਈ ਵੀ ਆਖਿਆ ਗਿਆ ਹੈ ਮੁੱਖ ਚੋਣ ਅਧਿਕਾਰੀ ਨੇ ਸਬੰਧਤ ਅਧਿਕਾਰੀਆਂ ਨੂੰ ਫਲਾਈਂਗ ਸਕਵਾਡਸ ਤੇ ਸਟੈਟਿਕ ਸਰਵੇਲੈਂਸ ਟੀਮਾਂ ਬੂਥ ਲੈਵਲ ਜਾਗਰੂਕਤਾ ਸਮੂਹ ਤੋਂ ਸਹਾਇਤਾ ਖਰਚੇ ਦੀ ਨਿਗਰਾਨੀ ਲਈ ਵਿਸ਼ੇਸ਼ ਫੋਕਸ ਦੇ ਖੇਤਰ ਦੀ ਨਿਗਰਾਨੀ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਉਨਾ ਕਿ ਆ ਕੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਦਰਸ਼ ਚੋਣ ਜ਼ਾਬਤੇ ਦੀ ਇਨ ਬਿਨ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇ। ਮੁੱਖ ਚੋਣ ਅਧਿਕਾਰੀ ਨੇ VOTER ਸਿੱਖਿਆ ਕੈਂਪ ਲਗਾਏ ਜਾਣ ਦੀ ਹਦਾਇਤ ਵੀ ਕੀਤੀ। ਉਹਨਾਂ ਅੰਤਰ ਸੂਬਾਈ ਤੇ ਕਮਾਂਤਰੀ ਸਰਹੱਦ ਤੇ ਚੈਕਿੰਗ ਤੇ ਨਾਕਿਆਂ ਦੀ ਸਥਾਪਨਾ ਰਾਹੀਂ ਚੌਕਸੀ ਰੱਖਣ ਦੇ ਵੀ ਨਿਰਦੇਸ਼ ਜਾਰੀ ਕੀਤੇ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਵਰਚੁਅਲ ਮਾਧਿਅਮ ਰਾਹੀਂ G20 ਦੇ ਮੂਲਕਾਂ ਦੇ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ਵਿੱਚ ਸ਼ਿਰਕਤ ਕੀਤੀ। ਇੰਡੋਨੇਸ਼ੀਆ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਖਜ਼ਾਨਾ ਮੰਤਰੀ ਨੇ ਮੌਜੂਦਾ ਆਲਮੀ ਮੁੱਦਿਆਂ ਅਤੇ ਜੀ20 ਸਮੂਹੀਆਂ ਸਾਲ 2022 ਦੀਆਂ ਤਰਜੀਹਾਂ ਤੇ ਚਰਚਾ ਕੀਤੀ। ਦੋ ਰੋਜ਼ਾ ਬੈਠਕ ਦੇ ਅੱਜ ਪਹਿਲੇ ਸੈਸ਼ਨ ਵਿੱਚ ਨਿਰਮਲਾ ਸੀਤਾਰਮਨ ਨੇ ਗਲੋਬਲ ਇਕਨੋਮਿਕ ਆਊਟਲੁੱਕ ਤੇ ਜੋਖਮ ਬਾਰੇ ਮੈਂਬਰ ਮੁਲਕਾਂ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਕੀਤੀ। ਦੇਸ਼ ਪਾਰ ਵਿੱਚ ਹੁਣ ਤੱਕ 174 ਕਰੋੜ 24 ਲੱਖ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾਏ ਗਏ ਨੇ ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਵਿੱਚ 34 ਲੱਖ 75 ਹਜ਼ਾਰ ਤੋਂ ਵੱਧ ਟੀਕੇ ਲਗਾਏ ਗਏ ਬੀਤੇ ਦਿਨ ਕੋਵਿਡ-19 ਦੇ 3357 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਦੇਸ਼ ਵਿੱਚ ਕੋਵਿਡ-19 ਤੋਂ ਸਿਹਤਿਆਬ ਹੋਣ ਦੀ ਦਰ 98% ਤੋਂ ਪਾਰ ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ 60538 ਮਰੀਜ਼ ਠੀਕ ਹੋਏ। ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 332000 ਤੋਂ ਵੱਧ ਹੈ ਜੋ ਕਿ ਕੁੱਲ ਕੇਸਾਂ ਦਾ 0.78% ਹੈ। ਪੰਜਾਬ ਵਿੱਚ 3 ਕਰੋੜ 81 ਲੱਖ 99 ਹਜ਼ਾਰ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ 2 ਕਰੋੜ 21 ਲੱਖ 70 ਹਜ਼ਾਰ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਜਦ ਕਿ 1 ਕਰੋੜ 55 ਲੱਖ ਤੋਂ ਵੱਧ ਲੋਕ ਦੋਵੇਂ ਟੀਕੇ ਲਗਾ ਚੁੱਕੇ ਨੇ ਸੂਬੇ ਵਿੱਚ 3 ਲੱਖ 68 ਹਜ਼ਾਰ ਤੋਂ ਵੱਧ ਲੋਕਾਂ ਨੂੰ ਇਹਿਤਿਆਤੀ ਖੁਰਾਕ ਦਿੱਤੀ ਗਈ ਹੈ ਉੱਤਰ ਪ੍ਰਦੇਸ਼ ਦੇ 쿠ਸ਼ੀਨਗਰ ਜ਼ਿਲ੍ਹੇ ਵਿੱਚ ਪੈਂਦੇ ਨੌਰੰਗਿਆ ਪਿੰਡ ਵਿੱਚ ਖੂਬ ਵਿੱਚ ਡਿੱਗਣ ਕਾਰਨ ਦੋ ਬੱਚਿਆਂ ਸਣੇ 13 ਜਣਿਆਂ ਦੀ ਮੌਤ ਹੋ ਗਈ। 쿠ਸ਼ੀਨਗਰ ਦੇ ਡੀਐਮ ਐਸ ਰਾਜਾ ਲਿੰਗਮ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਇੱਕ ਸਥਾਨਕ ਵਿਆਸ ਸਮਾਗਮ ਵਿੱਚ ਇਕੱਠੇ ਹੋਏ ਸਨ ਜਿਸ ਦੌਰਾਨ ਖੂਦ ਹੀ ਸਲੈਬ ਟੁੱਟਣ ਕਾਰਨ ਕਈ ਬੱਚੇ ਤੇ ਔਰਤਾਂ ਖੂਬ ਵਿੱਚ ਡਿੱਗ ਗਈਆਂ। ਸਲੈਬ ਦਾ ਮਲਬਾ ਉਨ੍ਹਾਂ ਉੱਪਰ ਡਿੱਗਣ ਕਾਰਨ ਇਹ ਪਿਆਨ ਖਾਦਸਾ ਵਾਪਰਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਚਲਾਏ ਗਏ ਬਚਾਅ ਕਾਰਜਾਂ ਦੌਰਾਨ ਕਈਆਂ ਨੂੰ ਸੁਰੱਖਿਅਤ ਖੂਹ ਵਿੱਚੋਂ ਕੱਢਿਆ ਗਿਆ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਰਾਸ਼ਟਰਪਤੀ, ਉਪਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਜਾਣ ਵਾਲੇ ਲੋਕਾਂ ਪ੍ਰਤੀ ਡੂੰਘਾ ਦੁੱਖ ਪ੍ਰਗਟਾਇਆ ਤੇ ਜ਼ਖਮੀਆਂ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਕੇਂਦਰ ਸਰਕਾਰ ਨੇ ਮਾਲੀਵਰੇ 2022 ਤੋਂ 2027 ਤੱਕ ਨਿਊ ਇੰਡੀਆ ਸਾਖਰਤਾ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ ਇਸ ਪ੍ਰੋਗਰਾਮ ਦਾ ਮਕਸਦ ਬਾਲਗ ਸਿੱਖਿਆ ਦੇ ਸਾਰੇ ਪਹਿਲੂਆਂ ਨੂੰ ਕੌਮੀ ਸਿੱਖਿਆ ਨੀਤੀ 2020 ਤੇ ਬਜਟ 2021-22 ਵਿੱਚ ਕੀਤੇ ਗਏ ਐਲਾਨਾਂ ਨਾਲ ਜੋੜਨਾ ਹੈ ਕੌਮੀ ਸਿੱਖਿਆ ਨੀਤੀ ਨੇ ਬਾਲਗ ਸਿੱਖਿਆ ਤੇ ਜੀਵਨ ਭਰ ਲਈ ਸਿੱਖਿਆ ਪ੍ਰਾਪਤ ਕਰਨ ਦੀਆਂ ਸਿਫਾਰਸ਼ਾਂ ਕੀਤੀਆਂ ਨੇ ਕੇਂਦਰੀ ਬਜਟ ਦੇ ਐਲਾਨ ਵਿੱਚ ਸਰੋਤਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰਨ ਬਾਲਗ ਸਿੱਖਿਆ ਦੇ ਸਾਰੇ ਪਹਿਲੂਆਂ ਲਈ ਆਨਲਾਈਨ ਮੋਡੀਊਲ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ ਇਸ ਯੋਜਨਾ ਰਾਹੀਂ ਨਾ ਕੇਵਲ ਬੁਨਿਆਦੀ ਸਾਖਰਤਾ ਨੂੰ ਲਾਗੂ ਕਰਨਾ ਹੈ ਬਲਕਿ ਉਸ ਨੂੰ ਹੱਲਾਸ਼ੇਰੀ ਵੀ ਦੇਣੀ ਹੈ ਨITI ਆਯੋਗ ਵੱਲੋਂ ਫੋਨਪੇ ਦੇ ਸਹਿਯੋਗ ਨਾਲ ਫਿਨਟੈਕ ਓਪਨ ਹੈਕਾਥਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਹੈਕਾਥਨ ਸਮੁੱਚੇ ਭਾਰਤ ਵਿੱਚ ਨਵੀਨਤਾ, ਡਿਜੀਟਲ ਨਿਰਮਾਤਾਵਾਂ ਤੇ ਡਿਵੈਲਪਰਜ਼ ਨੂੰ ਸੋਚਣ, ਵਿਚਾਰ ਕਰਨ ਤੇ ਕੋਡਿੰਗ ਦਾ ਮੌਕਾ ਪ੍ਰਦਾਨ ਕਰੇਗਾ। ਇਸ ਦਾ ਮੰਤਵ ਫਿਨਟੈਕ ਈਕੋਸਿਸਟਮ ਲਈ ਹਲ ਪ੍ਰਦਾਨ ਕਰਨਾ ਹੈ। ਹੈਕਾਥਨ ਵਿੱਚ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 23 ਫਰਵਰੀਏ ਤੇ ਐਂਟਰੀ 25 ਫਰਵਰੀ ਤੱਕ ਦਾਖਲ ਕੀਤੀ ਜਾ ਸਕਦੀ ਹੈ। ਹੈਕਾਥਨ ਦੇ ਜੇਤੂਆਂ ਦਾ ਐਲਾਨ 28 ਫਰਵਰੀ ਨੂੰ ਕੀਤਾ ਜਾਵੇਗਾ। केंद्र सरकार ने साल भी सौ इक्की बई लर अनाज का उत्पादन तीन सौ सो सोलह मिलियन टन तो वह अंदा लगया है खेतीबाड़ी से किसान भलाई मंत्रालय वालों मुख्य फसलों के उत्पादन के दूजे अगाऊ अंदाजे मुताबक इस बार पांच इशारिया तीन दो मियन टन का वाधा हो स चालू माली वरे दौरान अनाज उत्पादन पिछले पांच साल औसत उत्पादन नो पच्ची इशारी तीन पांच मिलियन बाड़ी मंत्री तो के के ती टन वेतीबाड़ी नरेंद्र सिंह तोमर ने कहा कि अनाज के उत्पादन में नवे रिकॉर्ड स्थापित करने का सहरा किसानी मेहनत विग्निया की खोज और सरकार दया किसान हमायती नीतियां जाता है तो इस खबर का यह बुलेटिन खत्म हों मैं मास्क लगा के स्टूडियो तो बाहर जा रही हाँ बाहर जाने वे भी मास्क लगा के जाओ नमस्कार